ਔਰ ਦੀਨ ਨੂੰ ਸਮਝਾਉਣਾ ਫਰਜ਼ ਹੈ। ਕਿ ਜਦੋਂ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਔਰ ਚੰਗੀ ਸੰਗਤ ਕਰਦਾ ਹੈ ਤਾਂ ਉਸਦਾ ਪ੍ਰਭਾਵ ਜੀ ਤੇ ਕੀ ਪੈਂਦਾ ਹੈ? ਕਿ ਜੀਵੀ ਸੰਗਤ ਕਿਹੋ ਜਿਹੀ ਹੋਣੀ ਚਾਹੀਦੀ ਹੈ? ਅੰਤਰ ਕਰਤਾ ਵੀ ਸਦਾ ਦਿਲ ਦੇ ਕਰਮ ਦੂਰ ਖੋਟੇ ਕਰਮ ਤਿਆਗ ਸੀ ਪਾਪ ਕਈ ਸਦ ਕਿਹੇ ਜੀਵ ਆਪਣੇ ਹਿਰਦੇ ਨੂੰ ਪ੍ਰਭੂ ਦੇ ਗੁਣ ਗਾ ਕੇ ਸਦਾ ਭਰਪੂਰ ਰੱਖਣ ਕਿ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਉਹਦੇ ਗੁਣ ਗਾ ਕੇ ਰੰਗਣ। ਮੁੱਖ ਪਵਿੱਤਰ ਹੁੰਦਾ ਗੁਣ ਗਾਵਤ ਵੀ ਗਿਆਨ ਕਿ ਜਦੋਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਪ੍ਰਭੂ ਦੇ ਗੁਣ ਗਾਉਂਦੇ ਹਾਂ ਤਾਂ ਸਾਡਾ ਜਿਹੜਾ ਮੁੱਖ ਹੈ ਉਹ ਪਵਿੱਤਰ ਹੋ ਜਾਂਦਾ ਹੈ। ਗੁਣ ਗਾਵਤ ਵੀ ਗਿਆਨ ਕਿ ਉਸ ਪਰਮਾਤਮਾ ਦੇ ਪ੍ਰਭੂ ਦੇ ਗੁਣ ਗਾਉਣ ਦੇ ਨਾਲ ਸਾਡੀ ਰੂਹ ਸਾਡਾ ਚਿਹਰਾ ਸਾਡਾ ਰੂਹ ਆਤਮਾ ਜਿਹੜੇ ਨਿਖਰ ਜਾਂਦੀ ਹੈ। ਸਤਿਗੁਰ ਦੇ ਅੰਤਰ ਕਰ ਕਾ ਵੀ ਸਦਾ ਹਿਰਦੇ ਕਰ ਭਰਪੂਰ ਕਿ ਜਿਹੜਾ ਆਪਣਾ ਹਿਰਦਾ ਹੈ ਉਹ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਜਾਂ ਗੁਣ ਗਾ ਕੇ ਭਰਪੂਰ ਰੱਖਣ ਜਿਸ ਨਾਲ ਖੋਟੇ ਕਰਮ ਸਮਾਪਤ ਹੋ ਜਾਂਦੇ ਹਨ। ਸੰਗਤ ਦਾ ਪ੍ਰਭਾਵ ਸਾਡੇ ਹਿਰਦੇ ਤੇ ਬਹੁਤ ਅਸਰ ਕਰਦਾ ਹੈ। ਕਿਤੇ ਕਿਸੇ ਨੇ ਸੈਂਟਰ ਪਰਫਿਊਮ ਲਾਇਆ ਹੋਵੇ ਤੇ ਉਹਦੇ ਲਾਗੇ ਜਿੰਨੇ ਵੀ ਲੋਕ ਬੈਠੇ ਹੁੰਦੇ ਨੇ ਉਹਦੀ ਮਹਿਕ ਹੁੰਦੀ ਹੈ ਕਿ ਜਿਹੜਾ ਪਰਫਿਊਮ ਛਿੜਕਦਾ ਹੋਵੇ ਆਪਣੇ ਕੱਪੜਿਆਂ ਉੱਤੇ ਉਹਦੀ ਮਹਿਕ ਜਿਹੜੀ ਹੈ ਉਹ ਸਾਰੇ ਕਮਰੇ ਨੂੰ ਖੁਸ਼ਬੂਦਾਰ ਬਣਾ ਦਿੰਦੀ ਹੈ। ਤੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਕੋਈ ਨਸ਼ਾ ਕਰਕੇ ਸ਼ਰਾਬ ਪੀ ਕੇ ਸਾਡੇ ਲਾਗੇ ਖੜਾ ਹੋਵੇ ਤੇ ਉਹਦੇ ਕੋਲੋਂ ਬਦਬੂ ਜਿਹੜੀ ਹੈ ਬਹੁਤ ਭੈੜੀ ਆਉਂਦੀ ਹੈ ਤੇ ਆਪਾਂ ਉਹਦੇ ਕੋਲੋਂ ਦੂਰ ਹੋਣ ਦੀ ਕੋਸ਼ਿਸ਼ ਕਰਦੇ ਕਿ ਮਾੜੀ ਔਰ ਚੰਗੀ ਕਿ ਜਦੋਂ ਕੋਈ ਜੂਮ ਹੁੰਦਾ ਹੈ ਕੋਈ ਚੰਗੀ ਆਪਾਂ ਨੂੰ ਕਹਿੰਦੇ ਹਾਂ ਕਿ ਬਹੁਤ ਵਧੀਆ ਤੇ ਜਿਹੜੀ ਸ਼ਰਾਬ ਦੀ ਮਹਿਕ ਹੁੰਦੀ ਹੈ ਉਹ ਮਹਿਕ ਇੰਨੀ ਬਦਬੂਦਾਰ ਹੁੰਦੀ ਹੈ ਕਿ ਆਪਾਂ ਉਸ ਅਸਥਾਨ ਤੋਂ ਪਰੇ ਹੋਣ ਦੀ ਕੋਸ਼ਿਸ਼ ਕਰਦੇ ਵੀ ਕਿਉਂ ਪਰੇ ਹੋ ਜਾਈਏ। ਜਿਹੜਾ ਸੰਗਤ ਦਾ ਪ੍ਰਭਾਵ ਹੈ ਸਾਡੇ ਮਨ 'ਤੇ ਉਹਦਾ ਅਸਰ ਬਹੁਤ ਪੈਂਦਾ ਹੈ।
ਕਿਉਂਕਿ ਜਿੱਦਾਂ ਦੀ ਸੰਗਤ ਹੁੰਦੀ ਹੈ ਉਦਾਂ ਦਾ ਸਾਡੇ 'ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਕਰਕੇ ਦੇਖ ਲਓ, ਗੁਰੂ ਦੀ ਸੰਗਤ ਕਰਕੇ ਦੇਖੋ, ਤੁਸੀਂ ਕਿਸੇ ਪੜ੍ਹੇ ਲਿਖੇ ਦੀ ਜਿਹੜੇ ਨੌਕਰੀ ਕਰਦੇ ਆ ਉਹਨਾਂ ਦੀ ਸੰਗਤ ਕਰਕੇ ਦੇਖ ਲਓ, ਔਰ ਜਿਹੜੇ ਬਿਜ਼ਨਸ ਕਰਦੇ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਦੇਖ ਲਓ, ਅਤੇ ਫਿਰ ਜਿਹੜੇ ਵਿਚਾਰੇ ਦਿਹਾੜੀਦਾਰ ਹੈ ਲੇਬਰਦਾਰ ਆ ਲੇਬਰ ਕਰਦੇ ਆ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਦੇਖ ਲਓ। ਕਹਿੰਦੇ ਜਦੋਂ 15 ਤੋਂ 20 ਦਰਜਾ ਇੱਕ ਢੇਰ ਵਾਲੀ ਸਾਰਿਆਂ ਦੀ ਸੰਗਤ ਕਰਕੇ ਦੇਖ ਲਈਏ, ਜਿਸ ਤਰ੍ਹਾਂ ਦੀ ਸੰਗਤ ਕਰਾਂਗੇ ਉਸੇ ਤਰ੍ਹਾਂ ਦਾ ਸਾਡਾ ਜੇਕਰ ਅਸੀਂ ਪੜ੍ਹਿਆ ਲਿਖਿਆ ਦੀ ਨੌਕਰੀ ਵਾਲੇ ਦੀ ਸੰਗਤ ਕਰਾਂਗੇ ਤੇ ਸਾਨੂੰ ਆਦਤ ਪੈ ਜਾਣੀ ਕਿ ਪਾਈ ਜਿਹੜੇ ਕੱਪੜੇ ਆ ਅਸੀਂ ਧੋ ਕੇ ਪਾਈਏ, ਸਾਫ਼ ਸੁਥਰੇ ਪਾਈਏ, ਇਹਨਾਂ ਨੂੰ ਪ੍ਰੈਸ ਕਰਕੇ ਐਨ ਵਧੀਆ ਕਰਕੇ ਰੱਖੀ ਆਪਣੇ ਕੱਪੜਿਆਂ ਦਾ ਅਸਰ ਹੋ ਗਿਆ। ਤੇ ਜਦੋਂ ਦਿਹਾੜੀਦਾਰ ਦੀ ਆਪਾਂ ਸੰਗਤ ਕਰਦੇ ਹਾਂ ਉਹ ਵਿਚਾਰਾ ਮਿੱਟੀ ਨਾਲ ਮਿੱਟੀ ਹੋ ਜਾਂਦਾ ਹੈ, ਉਹਨੂੰ ਕੱਪੜੇ ਧੋਣ ਦੇ ਨਾਲ ਇੰਨਾ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਆਪਣੇ ਕੱਪੜੇ ਧੋ ਕੇ ਰੱਖਾਂ ਜਾਂ ਨਾ ਧੋਵਾਂ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਤਾਂ ਗੁਰੂ ਮੇਰੇ ਸਾਥੀ ਨੇ ਆਪਾਂ ਵੀ ਕਰਦੇ ਕਿ ਕੀ ਕੰਮ ਨੇ ਕੱਪੜੇ ਪ੍ਰੈਸ ਕਰਕੇ ਕਰਦੇ ਤਾਂ ਫਿਰ ਹੋ ਜਾਣੇ ਹਨ, ਔਰ ਜਦੋਂ ਗੁਰੂ ਦੀ ਸੰਗਤ ਕਰਦੇ ਤਾਂ ਗੁਰੂ ਮੇਰੇ ਸਾਥੀ ਨੇ ਜੀ ਉਹ ਸਾਡਾ ਵੀ ਮਨ ਕਰਦਾ ਕਿ ਅਸੀਂ ਉੱਥੇ ਪਰਮਾਤਮਾ ਦੇ ਨਾਮ ਦੇ ਵਿੱਚ ਲੱਗ ਜਾਈਏ। ਹੁਣ ਕਿਸੇ ਨੇ ਪੁੱਛਿਆ ਸੰਤਨਾ ਪੁਰਸ਼ ਕੋਲ ਕਿ ਮਹਾਰਾਜ ਦੀ ਸੰਗਤ ਜਿਹੜੀ ਕਰਨ ਦਾ ਜਾਂ ਸਤਸੰਗ ਕਰਨ ਦਾ ਸੁਣਨ ਦਾ ਸਾਡੇ ਮਨ 'ਤੇ ਕੀ ਅਸਰ ਹੁੰਦਾ ਹੈ, ਕਹਿੰਦੇ ਲੋਕ ਜਿਹੜੇ ਹੈ ਉਹ ਇੱਕ ਕੰਨ ਤੋਂ ਸੁਣਦੇ ਤੇ ਦੂਸਰੇ ਤੋਂ ਬਾਹਰ ਪੜ ਜਾਂਦਾ ਹੈ, ਇੱਕ ਪਾਸੋਂ ਸੁਣਦੇ ਤੇ ਦੂਸਰੇ ਪਾਸੋਂ ਬਾਹਰ ਪੜਨ ਦੇ ਕੰਨਾਂ ਦੇ ਆਪ ਆਪਣੇ ਹਿੱਤ 'ਚ ਨਹੀਂ ਆਉਂਦੇ। ਮਨ ਦੇ ਵਿੱਚ ਈਰਖਾ ਵੈਰ ਕ੍ਰੋਧ ਨਿੰਦਿਆ ਚੋਰੀ ਜੋਰ ਰੱਖਦੇ। ਹੁਣ ਸੰਤਾਂ ਮਹਾਂਪੁਰਸ਼ਾਂ ਨੇ ਆਖਿਆ ਲਾਗੇ ਇੱਕ ਬਾਲਟੀ ਪਈ ਸੀ ਜੋ ਕਹਿੰਦੇ ਚੂਨਿਆਂ ਉਹਦੇ ਵਿੱਚ ਪਿਆ ਹੋਇਆ ਸੀ, ਉਹ ਸੰਤਾਂ ਮਹਾਂਪੁਰਸ਼ਾਂ ਨੇ ਆਖਿਆ ਕਿ ਜਾ ਭਾਈ ਉਹ ਜਿਹੜੀ ਬਾਲਟੀ ਪਈ ਆ ਉਸ ਨੂੰ ਤੂੰ ਭਰ ਦੇ ਪਾਣੀ ਦੇ ਨਾਲ ਭਰ ਦੇ। ਹੁਣ ਜਦੋਂ ਚੂਨਾ ਉਸ ਬਾਲਟੀ ਦੇ ਵਿੱਚ ਪਿਆ ਸੀ ਚੂਨੇ ਦੇ ਕਾਰਨ ਉਹ ਬਾਲਟੀ ਦੇ ਵਿੱਚ ਕਾਫੀ ਸਰਾਬ ਹੋ ਗਏ ਸਨ, ਕਹਿੰਦੇ ਪਹਿਲੀ ਬਾਲਟੀ ਪਾਈ ਪਾਣੀ ਦੇ ਤਾਂ ਪਾਣੀ ਉਸ ਵਿੱਚ ਰੁਕਿਆ ਨਹੀਂ, ਪਾਣੀ ਸਾਰੇ ਦਾ ਸਾਰਾ ਨਿਕਲ ਗਿਆ। ਦੂਸਰੀ ਬਾਲਟੀ ਪਾਈ ਫਿਰ ਨਿਕਲ ਗਿਆ, ਤੀਸਰੀ ਬਾਲਟੀ ਪਾਈ ਫਿਰ ਨਿਕਲ ਗਿਆ। ਜਦੋਂ ਕਹਿੰਦੇ 20-25 ਬਾਲਟੀਆਂ ਤੋਂ ਬਾਅਦ ਕਿਤੇ ਦੇਖਿਆ ਕਿ ਹੌਲੀ ਹੌਲੀ ਜਿਹੜੇ ਚੂਨੇ ਨਾਲ ਬਾਲਟੀ ਭਰੀ ਪਈ ਸੀ ਉਹ ਚੂਨਾ ਵੀ ਕਹਿੰਦੇ ਖੁਰ ਕੇ ਬਾਹਰ ਨਿਕਲਣ ਲੱਗ ਪਿਆ। ਜਦੋਂ 2-4 ਬਾਲਟੀਆਂ ਹੋਰ ਪਾਈਆਂ
ਤੇ ਜਿਹੜਾ ਚੂਨਾ ਵੀ ਉਹ ਵੀ ਸਾਰਾ ਬਾਹਰ ਨਿਕਲ ਗਿਆ। ਭਾਵ ਕੇ ਬਾਲਟੀ ਕਿਤੇ ਪਾਣੀ ਦੀ ਜਿਹੜੀ ਭਰਨੀ ਸੀ ਕਿਤੇ ਭਰੀ ਤਾਂ ਨਹੀਂ, ਪਰ ਜੋ ਬਾਲਟੀ ਕਿਤੇ ਚੂਨਾ ਵਿੱਚੋਂ ਨਿਕਲ ਕੇ ਬਾਲਟੀ ਜਿਹੜੀ ਚੰਗੀ ਤਰ੍ਹਾਂ ਸਾਫ਼ ਹੋ ਗਈ। ਹੁਣ ਜਿਹੜਾ ਸੇਵਕ ਸੀ ਗੁਰੂ ਦੀ ਗੱਲ ਨੂੰ ਮੰਨਦਾ ਸੀ, ਉਹ ਆਪਣੀ ਸੇਵਾ ਚ ਲੱਗਾ ਹੋਇਆ। ਜਦੋਂ ਸੰਤਾਂ ਨੂੰ ਪੁੱਛਣ ਕੀਤਾ ਕਿ ਭਾਈ ਇਹ ਪਾਣੀ ਫੇਰ ਭਰ ਗਿਆ ਹੈ, ਤਾਂ ਗੁਰੂ ਮੇਰੇ ਸਾਹਿਬ ਜੋ ਸੰਤਾਂ ਨੂੰ ਪੁੱਛਣ ਨੇ ਦੱਸਿਆ, ਉਹਨੂੰ ਸਮਝਾਇਆ ਕਿ ਸਤਸੰਗ ਦਾ ਜਿਹੜਾ ਅਸਰ ਹੈ ਇਹਦੇ ਵਿੱਚ ਕਿਹਾ ਸੀਗਾ ਕਿ ਇਸ ਕੰਮ ਦੇ ਪਾਣੀ ਹੁੰਦੇ ਦੂਸਰੇ ਕੰਮ ਪਾਣੀ ਕੱਢ ਦਿੰਦੇ ਆ। ਕਹਿੰਦੇ ਇਹ ਬਾਲਟੀ ਦੀ ਤਰ੍ਹਾਂ, ਕਹਿੰਦੇ ਬਾਲਟੀ ਜਿਹੜਾ ਚੂਨਾ ਸੀ ਬੁਰਾਈ ਸੀ ਉਹ ਨਿਕਲ ਗਿਆ। ਬਾਲਟੀ ਦੇ ਗਰੋਂ ਸਾਫ਼ ਲੱਗਦੀਆਂ, ਪਹਿਲਾਂ ਕਹਿੰਦੇ ਕੋਈ ਦੇਖ ਕੇ ਰਾਜੀ ਨਹੀਂ ਸੀ ਬਾਲਟੀ ਨੂੰ, ਹੁਣ ਕਹਿੰਦੇ ਇਹਦੇ ਵਿੱਚ ਜੋ ਮਰਜ਼ੀ ਮਿੱਟੀ ਪਾ ਕੇ ਕਹਿੰਦੇ ਬਹੁਤਾ ਨਵਾਂ ਲਾ ਲਿਆ, ਕਹਿੰਦੇ ਹਲਕਾ ਹਲਕਾ ਪਾਣੀ ਲਾ ਲਿਆ ਇਸਨੂੰ ਤੇ ਇਹ ਬਰਤਨ ਦੇ ਕੰਮ ਲਾ ਜਾਂਦਾ। ਕੋਈ ਫੁੱਲ ਦਾ ਬੂਟਾ ਇਹਦੇ ਵਿੱਚ ਲੱਗ ਜਾਵੇ ਤਾਂ ਇਹ ਖੁਸ਼ਬੂ ਦੇਵੇਗਾ ਸਾਨੂੰ। ਤੇ ਜਿਹੜਾ ਸੇਵਾਦਾਰ ਸੀ ਜਿਹੜਾ ਸਵਾਲ ਕੀਤਾ ਬੜਾ ਖੁਸ਼ ਹੋਇਆ, ਕਹਿੰਦੇ ਇਸੇ ਤਰ੍ਹਾਂ ਇਹ ਸਤਸੰਗ ਦਾ ਅਸਰ ਸਾਡੇ ਤੇ ਹੁੰਦਾ ਹੈ। ਭਾਵੇਂ ਕਿਵੇਂ ਅਸੀਂ ਕੋਈ ਵੀ ਉਹਦਾ ਅਸਰ ਜਿਹੜਾ ਸਾਡੇ ਤੇ ਨਹੀਂ ਹੁੰਦਾ, ਪਰ ਸਾਡੇ ਦੇ ਅੰਦਰੋਂ ਜਿਹੜੇ ਬੁਰਾਈਆਂ ਨਾ ਹੌਲੀ ਹੌਲੀ ਨਿਕਲ ਜਾਂਦੀਆਂ ਕਿ ਜਿਸ ਨਾਲ ਖੋਟੇ ਕਰਮ ਸਤਿਗੁਰ ਜੀ ਕਹਿੰਦੇ ਸਮਾਪਤ ਹੋ ਜਾਂਦੇ ਨੇ। ਖੋਟੇ ਕਰਮ ਤਿਆਗ ਸੀ ਪਾਪ ਪਏ ਸਤਿਗੁਰੂ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਨੇ। ਜਿਵੇਂ ਬਾਲਟੀ ਦੇ ਵਿੱਚ ਚੂਨਾ ਸਾਫ਼ ਹੋ ਗਿਆ, ਇਸੇ ਤਰ੍ਹਾਂ ਸਾਡੇ ਹਿਰਦੇ ਦੇ ਵਿੱਚੋਂ ਲੋਕਾਂ ਦੇ ਪ੍ਰਤੀ ਬੁਰਾਈ ਜਿਹੜੀ ਹੈ ਸਾਡੀ ਉਹ ਨਿਕਲ ਜਾਂਦੀ ਹੈ, ਈਰਖਾ ਜਿਹੜੀ ਸਾਡੇ ਮਨ ਦੇ ਵਿੱਚੋਂ ਨਿਕਲ ਜਾਂਦੀ ਹੈ। ਅਸੀਂ ਕਿਸੇ ਦਾ ਪੈਰ ਵਿਰੋਧ ਕਰਦੇ ਹੋਈਏ ਜਦੋਂ ਅਸੀਂ ਪਰਮਾਤਮਾ ਦਾ ਨਾਮ ਸੁਣਦੇ ਹਾਂ, ਸਾਡੇ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਕਰਨਾ, ਕਿਸੇ ਦੇ ਨਾਲ ਈਰਖਾ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਿੰਦਣੀ ਨਹੀਂ ਕਰਨੀ, ਕਿਸੇ ਦਾ ਮਾੜਾ ਨਹੀਂ ਸੁਣਨਾ। ਕਿਤੇ ਜਦੋਂ ਅਸੀਂ ਇਹ ਗੱਲ ਰੋਜ਼ ਸੁਣਾਂਗੇ ਤੇ ਉਹਦਾ ਅਸਰ ਸਾਡੇ ਤੇ ਜ਼ਰੂਰ ਹੁੰਦਾ। ਔਰ ਵਾਰ 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 ਜਦੋਂ ਸੁਣਦੇ ਹਾਂ ਤੇ ਉਹ ਅਸਰ ਫਿਰ ਦਿਖਾਈ ਵੀ ਦਿੰਦਾ, ਸਾਡੀ ਬੋਲੀ ਦੇ ਵੀ ਦਿਖਾਈ ਦਿੰਦਾ। ਭਾਵੇਂ ਲੱਖ ਤੁਹਾਨੂੰ ਕੋਈ ਮਾੜਾ ਕਹੀ ਜਾਵੇ, ਭਾਵੇਂ ਸਾਰਾ ਜਹਾਨ ਤੁਹਾਨੂੰ ਮਾੜਾ ਕਹੀ ਜਾਵੇ, ਪਰ ਜੇਕਰ ਤੁਸੀਂ ਸਹੀ ਹਾਂ ਤੇ ਫਿਰ ਤੁਹਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ। ਕਹਿੰਦੇ ਜਦੋਂ ਤੁਹਾਡੇ ਤੇ ਅਸਰ ਹੋ ਗਿਆ ਤੁਹਾਡੀ ਬੋਲ ਚਾਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਨਹੀਂ ਨਾ ਸਮਝਦੇ ਸਾਨੂੰ ਕੋਈ ਇੱਕ ਗੱਲ ਆਖ ਦੇਵੇ ਤੇ ਆਪਾਂ ਕੀ ਕਰਨਾ, ਜਿੰਨਾ ਚਿਕਰ ਆਪਾਂ ਚਾਰ ਨਾਲ ਨਾ ਸੁਣਾਈਏ ਤੇ ਓਨਾ ਚਿਕਰ ਸਾਡੇ ਮਨ ਨੂੰ ਚੈਨ ਨਹੀਂ ਆਉਂਦਾ, ਤੇ ਜਿੰਨਾ ਚਿਕਰ ਅਸੀਂ ਚਾਰ ਨਵੀਂ ਨੂੰ ਸੁਣਾਈਆਂ ਨਾ ਉਹਨੇ ਭਾਵੇਂ ਸਾਨੂੰ ਇੱਕ ਸੁਣਾਈ ਹੈ, ਉਹਨੇ ਭਾਵੇਂ ਸਾਨੂੰ ਇੱਕ ਸੁਣਾਈ ਹੈ, ਪਰ ਜਿੰਨਾ ਚਿਕਰ ਜਿਹਦੇ ਮਨ ਵਿੱਚ ਪਰਮਾਤਮਾ ਨਹੀਂ ਵਸਦਾ ਓਨਾ ਚਿਕਰ ਵੀ ਕਹਿੰਦੇ ਚਾਰ ਸੁਣੇ ਤੋਂ ਬਗੈਰ।
ਦੇਵ ਦੇਵ ਦੇਖੋ ਨਹੀਂ ਪ੍ਰਤਕਸ਼ ਜਾਣ ਜਾਣ ਕਹਿੰਦੇ ਹੇ ਦੇਵ ਕਹਿੰਦੇ ਹੇ ਦੇਵ ਤੂੰ ਆਪਾਂ ਕਹਿੰਦੇ ਆਪਣਾ ਸੁਭਾਅ ਹੈ ਨਾ ਕਾਮਾਂ ਵਾਲਾ ਤੂੰ ਕਾਮ 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 ਕਰਦਾ ਕਰਦਾ ਹੈ ਆਪਾਂ ਕਰਦੇ ਹੁੰਦੇ ਨਾ ਕਿ ਮੈਂ ਬਸ ਮੇਰੀ 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 ਨਹੀਂ ਮੈਂ ਜੋ ਮੈਂ ਕਹਿ ਦਿੱਤਾ ਉਹ ਸੱਚ ਹੈ ਸਤਿਗੁਰ ਜੀ ਬਖਸ਼ਣ ਕਰਦੇ ਕਿ ਹੇ ਜੀਵ ਤੂੰ ਕਾਮਾਂ ਵਰਗਾ ਸੁਭਾਅ ਛੱਡ ਦੇ ਤੂੰ ਜਿਹੜਾ ਕਾਮਾਂ ਵਾਲਾ ਸਵਾਇਆ ਹੰਕਾਰ ਛੱਡਦੇ ਮੈਂ ਮੇਰੇ ਛੱਡਦੇ ਔਰ ਮਾਨ ਸਰੋਵਰ ਤੇ ਰਹਿਣ ਵਾਲੇ ਹੰਸ ਬਣ ਜਾ ਕਾਮ ਰੂਪ ਤਜ ਤਜ ਉਹਦਾ ਛੱਡਣਾ ਕਿ ਕਾਮ ਵਾਲਾ ਸਵਾਅ ਛੱਡ ਕੇ ਹੰਸ ਹੋ ਕੇ ਹੰਸ ਬਣ ਜਾ ਤੇਰੇ ਸਾਰੇ ਪਾਪ ਖਤਮ ਕਿਵੇਂ ਹੋਣਾ ਇਸ ਸਤਸੰਗ ਦੇ ਵਿੱਚ ਜਾ ਕੇ ਗੁਰੂ ਦੀ ਕਲਾਸ ਦੇ ਵਿੱਚ ਆ ਕੇ ਕਿ ਚੱਲ ਮਨ ਚੱਲ ਹਰ ਤੱਕ ਸਾਰ ਮੰਤੇ ਕਰ ਗੁਰ ਕੀ ਸਾਡ ਗਿਆਨ ਕਾ ਅੱਖਰ ਵਿਸਰੇ ਤੋਂ ਸਹਿਜ ਸਮਾਦ ਲਗਾਉਣ ਪ੍ਰੇਮ ਅੱਗੇ ਸੁਰਤ ਲਿਖਣ ਕਰਿਓ ਰੰਗ ਆਦ ਦਿਖਾਉਣ ਕਹਿੰਦੇ ਜਦੋਂ ਗੁਰੂ ਦੀ ਕਲਾਸ ਦੇ ਵਿੱਚ ਆਣ ਕੇ ਬੈਠਦੇ ਹਾਂ ਟੀਚਰ ਦੀ ਗੱਲ ਨੂੰ ਸੁਣਦੇ ਹਾਂ ਤਾਂ ਜਿਹੜੇ ਸਾਡੇ ਮਨ ਦੇ ਵਿੱਚ ਕਹਿੰਦੇ ਹੁੰਦਾ ਨਾ ਕਈ ਵਾਰ ਮਨ ਮੰਨਦਾ ਨਹੀਂ ਹੈ ਤੇ ਗੁਰੂ ਦੀ ਜਿਹੜੀ ਸੋਟੀ ਹੈ ਉਹ ਸਾਨੂੰ ਰਾਧਾ ਮੰਗਾ ਰਾਮ ਪਰਮਾਤਮਾ ਦਾ ਨਾਮ ਲਿਖਣਾ ਬੋਲਣਾ ਸਿਖਾ ਦਿੰਦੇ ਹਨ ਔਰ ਸਤਿਗੁਰ ਜੀ ਕਹਿੰਦੇ ਫਿਰ ਤੇਰੇ ਸਾਰੇ ਪਾਪ ਖਤਮ ਹੋ ਜਾਣਗੇ ਜਦੋਂ ਤੂੰ ਗੁਰੂ ਵਾਲਾ ਬਣ ਕੇ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਰੱਖੇ ਕਥਨਾ ਕਥੇ ਨਾ ਭਰ ਮਿਲਿਆ ਪਾਵੇ ਖੋਲਣ ਗੁਰਸ ਵਿੱਚ ਆ ਕੇ ਰਹੂ ਭਗਵਾਨ ਨੂੰ ਕਿ ਪ੍ਰਭੂ ਨੇ ਤੈਨੂੰ ਗੁਰਪੁਰਬ ਸਰੀਰ ਬਖਸ਼ਿਆ ਹੈ ਕਿ ਜਿਹੜਾ ਇਹ ਸਰੀਰ ਹੈ ਇਹ ਦੁਰਲਭ ਹੈ ਕਦੇ ਮਿਲਣਾ ਨਹੀਂ ਬਾਰੰਬਾਰ ਕਿ ਬਹੁਤ ਜਨਮ ਪਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਨਹੀਂ ਹੈ ਇਹ ਬਹੁਤ ਜਨਮਾਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਹੈ ਇਸ ਲਈ ਗੁਰੂ ਪ੍ਰਭੂ ਆਪਣੇ ਸਰੀਰ ਅੰਦਰ ਹਮੇਸ਼ਾ ਗੁਰਕੀ ਮੂਰਤ ਮਨ ਵਿਖੇ ਧਰੋ ਤੁਹਾਨੂੰ ਧਿਆਨ ਕਿ ਆਪਣੇ ਗੁਰੂ ਦੀ ਮੂਰਤ ਨੂੰ ਉਹਦੀ ਸੂਰਤ ਨੂੰ ਉਹਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ ਗੁਰਕੀ ਮੂਰਤ ਮਨ ਵਿਖੇ ਧਰੋ ਤੁਹਾਨੂੰ ਧਿਆਨ ਨਾਮ ਨਾਮ ਇਸ਼ਨਾਨ ਕਰ ਦੁਆਰੇ ਪਾਵੇ ਕਹਿੰਦੇ ਨਾਮ ਨਾਮ ਦਾ ਇਸ਼ਨਾਨ ਗੁਰੂ ਤੋਂ ਨਾਮ ਨਾਮ ਲੈ ਕੇ ਉਹਦਾ ਇਸ਼ਨਾਨ ਕਰਕੇ ਫਿਰ ਹਰ ਜਗ੍ਹਾ ਤੇਰਾ ਮਾਣ ਸਤਿਕਾਰ ਗੁਰ ਕੀ ਮੂਰਤ ਮਨ ਵਿਖੇ ਤਰੋ ਤੁਹਾਨੂੰ ਧਿਆਨ ਹੈ
ਤਿਲਕ ਦਾ ਮਾਣ ਸਤਿਕਾਰ ਆਪਣੇ ਆਪ ਵੱਧਦਾ ਜਾਂਦਾ ਹੈ। ਕੇਵਲ ਕਦਰ ਕਰਨ ਨਾਲ ਆਪਾਂ ਕਦਰ ਕਰਦੇ ਹਾਂ, ਕਦਰ ਕਰਦੇ ਜੇ ਇਸ ਨਾਲ ਕਹਿੰਦੇ ਹਰ ਦੀ ਪ੍ਰਾਪਤੀ ਨਹੀਂ ਹੁੰਦੀ। ਆਪਣੇ ਅੰਦਰ ਖੋਜ ਕਰਨ ਨਾਲ ਪ੍ਰਭੂ ਦੇ ਦਰਸ਼ਨ ਹੁੰਦੇ। ਕਹਿੰਦੇ ਆਪਾਂ ਨੂੰ ਤਾਂ ਜਦੋਂ ਸਤਸੰਗ ਸੁਣਦੇ ਰਵਿਦਾਸ ਇਹ ਗ੍ਰੰਥ ਹੈ, ਬੜੇ ਸੁਣੇ ਬਣੇ ਲੈ ਸਤਿਗੁਰੂ ਜੀ ਕਿਤੇ ਇਹ ਜਿਹੜਾ ਗ੍ਰੰਥ ਹੈ ਬੜੇ ਸੁਣੇ ਬਣੇ ਲੈ ਪੜ੍ਹਦਾ ਸੁਣਦਾ ਜਿਹੜਾ ਪੜ੍ਹਦਾ ਉਧਰ ਧਰਦਾ ਹੀ ਕਰਦਾ ਜਿਹੜਾ ਸੁਣਦਾ ਹੈ ਪੜ੍ਹੇ ਸੁਣੇ ਬਣ ਲਾਏ ਸਭ ਹੀ ਪਦਾਰਥ ਸਾਰੇ ਪਦਾਰਥ। ਆਪਾਂ ਅਰਦਾਸਾਂ ਬੇਨਤੀ ਕਰਦੇ ਹਾਂ ਕਿ ਮੈਨੂੰ ਤੀ ਮਿਲੇ, ਮੈਨੂੰ ਪੁੱਤ ਮਿਲੇ, ਨੂੰਹ ਮਿਲੇ। ਆਪਾਂ ਇੱਦਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਆਪਣੇ ਪਰਿਵਾਰ ਦੇ ਵੱਧ ਰਹੀ ਅਰਦਾਸਾਂ ਬੇਨਤੀਆਂ ਕਰਦੇ ਹਾਂ। ਆਪਾਂ ਅਰਦਾਸਾਂ ਬੇਨਤੀਆਂ ਕਰਦੇ ਮੇਰਾ ਕਾਰੋਬਾਰ ਵਧੀਆ ਹੋਵੇ, ਕਾਰੋਬਾਰ ਵਧੀਆ ਹੋਵੇ, ਆਪਾਂ ਅਰਦਾਸਾਂ ਬੇਨਤੀ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਨੀਤ ਪੜ੍ਹਦਾ ਹੈ ਸੱਚੇ ਮਨ ਨਾਲ ਸੁਣਦਾ ਹੈ ਸਭ ਹੀ ਪਦਾਰਥ ਹਰ ਚੀਜ਼ ਨੂੰ ਮਿਲ ਜਾਣ, ਸਭ ਹੀ ਪਦਾਰਥ ਮਿਲੇ ਕੇ ਇਸ ਸਭ ਵਰਤਾ। ਕਹਿੰਦੇ ਇਹ ਬਾਣੀ ਅੰਮ੍ਰਿਤ ਬਾਣੀ ਐਸੀ ਹੈ, ਇਹਨੂੰ ਪੜ੍ਹ ਕੇ ਦੇਖੋ, ਇਹਨੂੰ ਸੁਣ ਕੇ ਦੇਖੋ, ਇਹ ਸਭ ਕੁਝ ਇਸਦੇ ਵਿੱਚੋਂ ਮਿਲ ਜਾਣਾ। ਆਪਣੇ ਅੰਦਰ ਖੋਜ ਕਰਨ ਦੀ ਲੋੜ ਹੈ ਤੇ ਜਦੋਂ ਖੋਜ ਕਰ ਲਈ ਤਾਂ ਫਿਰ ਉਹਦੇ ਗੁਰੂ ਦੇ ਪਰਮਾਤਮਾ ਦੇ ਸਾਨੂੰ ਦਰਸ਼ਨ ਵੀ ਹੋ ਜਾਣੇ। ਸਤਿਗੁਰੂ ਅਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ ਉਸ ਪਰਮਾਤਮਾ ਨੂੰ ਆਪਣੇ ਨੇੜੇ ਆਪਣੇ ਕੋਲ ਆਦਰ ਸਨ। ਸਤਿਗੁਰੂ ਪਿਆਰੇ ਸਾਥੀਆਂ ਨੇ ਜੀ ਅੱਜ ਦੇ ਸ਼ਬਦ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਤਿਗੁਰੂ ਅਰਦਾਸ ਮਹਾਰਾਜ ਜੀ ਜਿਸ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਭਰ ਕੇ ਉਹਦਾ ਧਿਆਨ ਕਰੀਏ। ਧਿਆਨ ਕਰਨ ਦੇ ਨਾਲ ਉਹ ਹਰ ਵੇਲੇ ਸਾਡੇ ਕੋਲ ਮਹਿਸੂਸ ਹੋਵੇਗਾ ਤੇ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ। ਸਤਸੰਗ ਦਾ ਅਸਰ ਸਾਡੇ ਹਿਰਦੇ 'ਤੇ ਹੋ ਜਾਂਦਾ ਹੈ। ਅਸੀਂ ਵੀ ਕਿਸੇ ਵੀ ਨਾਲ ਈਰਖਾ ਵੈਰ ਵਿਰੋਧ ਨਹੀਂ ਕਰਾਂਗੇ। ਇਹ ਸਾਡੇ ਤੇ ਸਤਿਗੁਰੂ ਦੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜੈ ਜੋ ਬੋਲੇ